ਗੁਮਾਨਾ ਲਬਾਸ ਨੀ ਵਿਕਦੇ ਨਾ ਰੱਬ ਪੁੱਛਦਾ ਜਾਤਾ ਹਾਂ।
ਨਿੰਦ ਸਤਾਵੇ ਨਾ, ਖਿੜੇ ਅਨੰਦ ਲਹਿਰ ਵਿੱਚ ਰਹੀਏ ਚੰਦਰੀ, ਚਿੰਤ ਸਤਾਵੇ ਨਾ। ਜਰਵੇ ਜਰੇ ਦੇਵ ਚ ਵਸੇ, ਪਰ ਨਾ ਭੇਦ ਕਿਸੇ ਨੂੰ ਦੱਸੇ, ਫੁੱਲ ਖਾਰਾ ਦੇਵ ਚ ਹੱਸੇ ਆਪਣੀ ਮਹਿਕ ਬਣਾ ਲੈਣਾ, ਕਰਕੇ ਦੇ ਮੇਰਾ ਦਿਆ ਸਾਈਆਂ ਤੂੰ ਆਪਣਾ ਜਸ ਕਰਵਾ ਲੈਣਾ, ਜਸ ਕਰਵਾ ਲੈਣਾ। ਜੀ ਤੁਮੇ ਅਰਸ਼ ਹਡਾਤੇ ਰੱਖੇ, ਸੁੰਦਰ ਨੈਣ ਨਕਸ਼ ਨੇ ਬਣਕੇ, ਕਰ ਜੋ ਦੂਰ ਹਿਰਦਿਓ ਚੰਕੇ, ਜੀ ਗਾਵਾਂ ਨੇੜੇ ਆਵੇ ਨਾ, ਖਿੜੇ ਅਨੰਦ ਲਹਿਰ ਵਿੱਚ ਰਹੀਏ ਚੰਦਰੀ, ਜਿੰਦ ਸਤਾਵੇ ਨਾ, ਖਿੜੇ ਅਨੰਦ ਲਹਿਰ ਵਿੱਚ ਰਹੀਏ ਚੰਦਰੀ, ਜਿੰਦ ਸਤਾਵੇ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਸ਼ਬਦ ਗੁਰੂ
ਸੁਰਤ ਧੁਨ ਕੇ ਲਾਣਾ ਕਿਆ ਸਾਡਾ ਗੁਰੂ ਸ਼ਬਦ ਹੈ। ਸੋ ਦਾਸੀ ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਇਹੀ ਹੁਕਮ ਕੀਤਾ ਕਿ ਸਿੱਖਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਅੱਗੇ ਸਿਰ ਨਹੀਂ ਚੁਕਾਉਣਾ, ਹੋਰ ਕੋਈ ਤੇਰਾ ਗੁਰੂ ਨਹੀਂ। ਤੇ ਗੁਰੂ ਗਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਆਪਣੀ ਕੌਮ ਨੂੰ ਸੰਦੇਸ਼ ਦਿੱਤਾ 6 ਅਕਤੂਬਰ 1708 ਨੂੰ ਦੱਖਣ ਨਜ਼ਰ ਹਜ਼ੂਰ ਸਾਹਿਬ ਦੀ ਧਰਤੀ ਨੇ ਉਸ ਗੱਲ ਉੱਤੇ ਪਹਿਰਾ ਦਿੰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਓ, ਇੱਕੇ ਵਾਰੀ ਕਹਿਣ ਤੇ ਗੱਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਜਗਜੀਤ ਸਿੰਘ ਜੀ ਬਾਸੀ ਜਿਹੜੇ ਇੰਗਲੈਂਡ ਦੀ ਧਰਤੀ ਤੋਂ ਆ ਕੇ ਇੱਥੇ ਗੁਰਮਤਿ ਸਮਾਗਮ ਕਰਦੇ, ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਜੀ ਔਰ ਸਾਡੇ ਭੈਣ ਜੀ ਰਾਜਵਿੰਦਰ ਕੌਰ ਜੀ ਜਿਹੜੇ ਇਸ ਗੁਰਮਤਿ ਸਮਾਗਮ ਵਿੱਚ ਵੱਡਾ ਹਿੱਸਾ ਪਾ ਰਹੇ ਨੇ। ਮੈਂ ਅਤਿ ਧੰਨਵਾਦੀ ਹਾਂ ਵੀਰ ਜਗਜੀਤ ਸਿੰਘ ਦਾ ਤੇ ਭੈਣ ਰਾਜਵਿੰਦਰ ਕੌਰ ਦਾ, ਉਹ ਜਿਹੜਾ ਵੀ ਸਿੱਖ ਕੌਮ ਦਾ ਪ੍ਰਚਾਰਕ ਇੰਗਲੈਂਡ ਦੀ ਧਰਤੀ ਤੇ ਜਾਂਦਾ ਹੈ, ਇੰਨਾ ਪਿਆਰ ਇੰਨੀ ਮੁਹੱਬਤ ਕਰਦੇ ਨੇ, ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਈ ਸਦੀਆਂ ਦੀ ਸਾਡੀ ਤੇ ਇਹਨਾਂ ਦੀ ਰਿਸ਼ਤੇਦਾਰੀ ਜੁੜੀ ਹੋਈ। ਸੋ ਇੰਨਾ ਪਿਆਰ ਇੰਨੀ ਮੁਹੱਬਤ ਕਰਦੇ ਨੇ, ਉਹ ਇੰਗਲੈਂਡ ਦੀ ਧਰਤੀ ਤੋਂ ਆ ਕੇ ਗੁਰਮਤਿ ਸਮਾਗਮ ਕਰਦੇ ਨੇ ਸਾਡੇ ਤੋਂ ਪਹਿਲਾਂ। ਬਹੁਤ ਹੀ ਸਤਿਕਾਰਯੋਗ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ ਜੀ, ਉਹਨਾਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਤੁਹਾਨੂੰ ਨਿਹਾਲ ਕੀਤਾ, ਗੁਰਬਾਣੀ ਦੇ ਸ਼ਬਦ ਸਰਵਣ ਕਰਵਾਏ। ਸੋ ਸਾਨੂੰ ਹੁਕਮ ਹੋਇਆ ਕਿ ਤੁਸਾਂ ਨੇ ਸਿੱਖ ਇਤਿਹਾਸ ਤੇ ਵਿਚਾਰ ਕਰਨੀ ਹੈ, ਲਗਭਗ 1 ਘੰਟੇ ਦੇ ਕਰੀਬ ਸਮਾਂ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਬਾਬਾ ਹੀਰਾ ਸਿੰਘ ਸਾਹਿਬ, ਉਹਨਾਂ ਦਾ ਨਾਂ ਬਾਬਿਆਂ ਨੇ ਹੀਰਾ ਰੱਖਿਆ ਤੇ ਉਹ ਵਾਕਿਆ ਹੀ ਹੀਰਾ ਹੈ ਬਾਬਾ ਹੀਰਾ ਸਿੰਘ ਸਾਹਿਬ ਜੀ। ਉਹਨਾਂ ਨੇ ਹੁਕਮ ਕੀਤਾ ਕਿ ਲਗਭਗ 1 ਘੰਟੇ ਦੇ ਕਰੀਬ ਅਸੀਂ ਤੁਹਾਡੇ ਨਾਲ ਇਤਿਹਾਸ ਤੇ ਸਾਂਝ ਪਾਵਾਂਗੇ। ਬਾਬਾ ਜੀ ਹੋਣਾ ਨਾਲ 2002 ਵਿੱਚ ਨਿਊਜ਼ੀਲੈਂਡ ਦੀ ਧਰਤੀ ਤੇ ਮਿਲੇ ਸਨ, ਉਹ ਦੇਸ਼ ਦੁਨੀਆ ਦਾ ਜਿੱਥੇ ਸਭ ਤੋਂ ਪਹਿਲੋਂ ਟਾਈਮ ਤੇ ਤਰੀਕ ਬਦਲ, ਜਿੱਥੇ ਸਭ ਤੋਂ ਪਹਿਲੋਂ ਸੂਰਜ ਚੜ੍ਹਦਾ ਹੈ ਦੁਨੀਆ ਦੇ ਵਿੱਚ, ਉਹ ਹੈ ਨਿਊਜ਼ੀਲੈਂਡ ਦੀ ਧਰਤੀ, ਉਸ ਧਰਤੀ ਤੇ ਮਿਲੇ ਸਨ। ਉਦੋਂ ਤੋਂ ਲੈ ਕੇ ਅੱਜ ਤੱਕ ਬਾਬਾ ਹੀਰਾ ਸਿੰਘ ਸਾਹਿਬ ਦੇ ਨਾਲ ਬੜਾ ਪਿਆਰ ਹੈ, ਬੜੀ ਮੁਹੱਬਤ ਹੈ। ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡਾ ਪਿਆਰ ਮੁਹੱਬਤ ਇਸੇ ਤਰ੍ਹਾਂ ਸਦੀਵੀ ਦੇ ਵਜੇ। ਆਓ ਮੈਂ ਤੁਹਾਡੇ ਸਾਹਮਣੇ ਇੱਕ ਪ੍ਰਸੰਗ ਦੀ ਲੜੀ ਨੂੰ ਸ਼ੁਰੂ ਕਰਕੇ ਦਿੱਤੇ ਹੋਏ ਸਮੇਂ ਵਿੱਚ ਉਸ ਪ੍ਰਸੰਗ ਨੂੰ ਨੇਪਰੇ ਚਾੜਨ ਦਾ ਯਤਨ ਕਰਾਂ। ਮੈਂ ਪ੍ਰਸੰਗ ਤੁਹਾਡੇ ਨਾਲ ਸਿੱਖ ਇਤਿਹਾਸ ਦਾ ਕਹਿਣ ਲੱਗਾ। ਜਿਸ ਵੇਲੇ ਤੁਹਾਡਾ ਰਾਜ ਸਿੱਖਣਾ ਕੁਛ, ਜਿਸ ਵੇਲੇ ਤੁਹਾਡੇ ਰਾਜ ਦਾ ਕੋਈ ਪੈਰੀ ਅੱਧ ਕਰਕੇ ਨਹੀਂ ਸੀ ਵੇਂਦਾ, ਉਸ ਵੇਲੇ ਸੀ ਕੌਮ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ, ਸਰਦਾਰ ਮਹਾ ਸਿੰਘ ਸ਼ੁਕਰ ਚੱਕੀਏ ਦਾ ਸੁਪੁੱਤਰ ਸੀ ਔਰ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਏ ਦਾ ਪੋਤਰਾ ਸੀ ਮਹਾਰਾਜਾ ਰਣਜੀਤ ਸਿੰਘ। ਉਹਦੇ ਰਾਜ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਮਹਾਰਾਜਾ ਰਣਜੀਤ ਸਿੰਘ ਬਹੁਤ ਵਧੀਆ ਰਾਜ ਚਲਾ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜਾ ਨੇਕ ਚੱਲਦਾ ਸੀ। ਉੱਥੇ ਇਹ ਬਹੁਤ ਵੱਡਾ ਹਮਲਾ ਅਬਦਾਲੀ ਨੇ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਕੀਤਾ। ਲਗਭਗ 35,000 ਮਾਈ ਭਾਈ ਅਬਦਾਲੀ ਦੀਆਂ ਫੌਜਾਂ ਨੇ ਇੱਕੇ ਦਿਨ ਸ਼ਹੀਦ ਕਰ ਦਿੱਤਾ ਸਿੱਖ ਕੌਮ ਦਾ। ਔਰ ਜਿਹੜੀ ਕੌਮ ਦਾ 35,000 ਮਾਈ ਭਾਈ ਇੱਕ ਦਿਨ ਮਾਰਿਆ ਜਾਵੇ, ਇੱਕ ਦਿਨ ਸ਼ਹੀਦ ਹੋ ਜਾਵੇ, ਉਹ ਕਈ ਸਾਲ ਕੌਮ ਦੁਬਾਰਾ ਆਪਣੇ ਪੈਰਾਂ ਤੇ ਨਹੀਂ ਆ ਸਕਦੀ। ਲੇਕਿਨ ਤੁਹਾਡੇ ਵੱਡਿਆਂ ਵਿੱਚ ਇੰਨੀ ਜੁਰਤ ਸੀ, ਇੰਨਾ ਬਾਹੂ ਬਲ ਸੀ, ਇਹਨਾਂ ਠੀਕ 8 ਮਹੀਨੇ ਬਾਅਦ
ਅਕਤੂਬਰ ਦੇ ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਅਵਦਾਨੀ ਦੀਆਂ ਗੋਡੀਆਂ ਲਵਾ ਦਿੱਤੀਆਂ ਤੁਹਾਡੇ ਵੱਡਿਆਂ ਨੇ ਕਿ ਵੀ ਜੋ ਤੁਸੀਂ ਇੰਨਾ ਬਾਹੂਬਾਲ ਸੀ ਤੁਹਾਡੇ ਬਜ਼ੁਰਗਾਂ ਵਿੱਚ ਇਸ ਕੋਪਰ ਹੀਰੇ ਦੇ ਮੈਦਾਨ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸਰਦਾਰ ਦੀਖਤ ਸਿੰਘ ਇਹ ਨਿਸ਼ਾਨਾ ਵਾਲੀ ਮਿਸਲ ਦਾ ਜ਼ਿੰਮੇਵਾਰ ਸਰਦਾਰ ਸੀ ਸਰਦਾਰ ਦੀਖਤ ਸਿੰਘ ਜ਼ਖਮੀ ਹੋ ਗਿਆ ਬਹੁਤ ਜ਼ਿਆਦਾ ਫਟਣ ਹੋ ਗਿਆ ਇਹ ਆਪਣੇ ਸਿਪਾਹੀਆਂ ਦੇ ਨਾਲ ਆਪਣੇ ਘਰ ਆਇਆ ਇਹਨੇ ਵੇਖਿਆ ਕਿ ਮੇਰੀ ਸਿਹਤ ਇਲਾਜ ਨਹੀਂ ਕੀਤੀ ਜਾਂਦੀ ਇਹਨੇ ਉਸੇ ਵੇਲੇ ਆਪਣੇ ਪਿੰਡ ਦੀ ਪੰਚਾਇਤ ਨੂੰ ਸੱਦ ਕੇ ਪਿੰਡ ਦੇ ਜ਼ਿੰਮੇਵਾਰ ਸੱਦਣਾ ਸੱਦ ਕੇ ਆਖਿਆ ਪਿੰਡ ਵਾਲਿਓ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨ ਲੱਗਾ ਹੈ ਹੋ ਸਕਦਾ ਮੈਂ ਇਸ ਦੁਨੀਆਂ ਤੇ ਨਾ ਰਹਾਂ ਤੇ ਜੇ ਮੈਂ ਇਸ ਦੁਨੀਆਂ ਤੇ ਨਾ ਰਿਹਾ ਜਦੋਂ ਮੇਰੀ ਕਰਤਵ ਅਰਦਾਸ ਹੋਏਗੀ ਕੌਮ ਦੇ ਜਥੇਦਾਰ ਆਉਣਗੇ ਆਹ ਮੇਰਾ 10-11 ਸਾਲ ਦਾ ਪੁੱਤਰ ਹੈ ਫੁੱਲਾ ਸਿੰਘ ਦੀ ਬਾਹ ਮੇਰੀ ਕੌਮ ਦੇ ਜਥੇਦਾਰਾਂ ਦੇ ਹੱਥ ਪਾ ਲਿਆ ਉਹੀ ਗੱਲ ਹੋਈ ਸਰਦਾਰ ਈਸ਼ਰ ਸਿੰਘ ਚਾਲਾ ਮਾਰ ਗਿਆ ਸਰਦਾਰ ਈਸ਼ਰ ਸਿੰਘ ਦੀ ਅੰਤਮ ਅਰਦਾਸ ਹੋਈ ਅੰਤਮ ਅਰਦਾਸ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਕੌਮ ਦੇ ਜਥੇਦਾਰ ਆਏ ਇਹਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਥੇਦਾਰ ਆਇਆ ਸਰਦਾਰ ਨਰੈਣ ਸਿੰਘ ਜਦੋਂ ਸਰਦਾਰ ਨਰੈਣ ਸਿੰਘ ਭਾਸ਼ਣ ਦੇ ਕੇ ਬੈਠ ਗਿਆ ਸੰਗਤ ਦੇ ਵਿੱਚ ਆ ਕੇ ਫਿਰ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਆਖਿਆ ਜਥੇਦਾਰ ਨਰੈਣ ਸਿੰਘ ਜੀ ਤੁਸੀਂ ਜਿਨ੍ਹਾਂ ਦੇ ਭੋਗ ਤੇ ਆਇਓ ਸਰਦਾਰ ਈਸ਼ਰ ਸਿੰਘ ਉਹ ਸਾਨੂੰ ਕਹਿ ਕੇ ਗਏ ਸਨ ਤਾਂ 11 ਕੁ ਸਾਲ ਦਾ ਸਪੁੱਤਰ ਹੈ ਫੁੱਲਾ ਸਿੰਘ ਉਹ ਕਹਿੰਦਾ ਸੀ ਮੇਰੇ ਸਪੁੱਤਰ ਦੀ ਬਾਹ ਕੌਮ ਦੇ ਜਥੇਦਾਰਾਂ ਦੇ ਹੱਥ ਫੜਾ ਦਿਓ ਉਹਨਾਂ ਨੂੰ ਕਹਿ ਦਿਓ ਕਿ ਕੌਮ ਦੀ ਸੇਵਾ ਵਿੱਚ ਲਾ ਦੇਣੀ ਫੁੱਲਾ ਸਿੰਘ ਸਾਹਿਬ ਨੂੰ ਨਾਲ ਲੈ ਕੇ ਇਹ ਕੌਮ ਦਾ ਜਥੇਦਾਰ ਨਰੈਣ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਸੇਵਾ ਕਰਦਾ ਸੀ ਫੁੱਲਾ ਸਿੰਘ ਜਵਾਨ ਹੁੰਦਾ ਗਿਆ ਸਾਲ ਕੁ ਬੀਤਿਆ ਉਮਰ ਹੋਈ 12 ਕੁ ਸਾਲ ਦੀ ਪੰਜ ਬਾਣੀਆਂ ਨਿਤ ਨੇਮ ਦੀਆਂ ਜਵਾਨੀ ਯਾਦ ਕਰ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਬਾਣੀ ਪੜਿਆ ਕਰਦਾ ਸੀ ਕੁਝ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਰਿਹਾ ਮੁੜ ਕੇ ਇਹਦੀ ਬਦਲੀ ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਕਰ ਦਿੱਤੀ ਸ੍ਰੀ ਅੰਮ੍ਰਿਤਸਰ ਸਾਹਿਬ ਫੁੱਲਾ ਸਿੰਘ ਸੇਵਾ ਕਰਦਾ ਸੀ ਇਹਨੇ ਕੀ ਵੇਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਔਰ ਉਹ ਬੜੀ ਜੁਰਮ ਦੇ ਨਾਲ ਫੁੱਲਾ ਸਿੰਘ ਸਾਹਿਬ ਨੇ ਇਸ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਲੀਹ ਤੇ ਲੈ ਜਾਂਦਾ ਬੜੇ ਟਿਕਾਣੇ ਤੇ ਲੈ ਜਾਂਦਾ ਇਹਦੀਆਂ ਸਵਾਵਾਂ ਵੱਲ ਵੇਖ ਕੇ ਕੌਮ ਦੇ ਜਥੇਦਾਰਾਂ ਨੇ ਇੱਕ ਵੱਡਾ ਇਕੱਠ ਕੀਤਾ ਫਿਰ ਕੌਮ ਨੇ ਇੱਕ ਵੱਡਾ ਇਕੱਠ ਕਰਕੇ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਬਹੁਤ ਸਾਰੇ ਕੌਮ ਦੇ ਜਥੇਦਾਰ ਇਕੱਠੇ ਹੋਏ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ ਫੁੱਲਾ ਸਿੰਘ ਸਾਹਿਬ ਨੂੰ ਲਾ ਦੇਣਾ ਚਾਹੀਦਾ ਸੋ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੀ ਹਮਾਇਤ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਜਥੇਦਾਰੀ ਫੁੱਲਾ ਸਿੰਘ ਸਾਹਿਬ ਨੂੰ ਦਿੱਤੀ ਗਈ ਇਹ ਬਣ ਕੇ ਕੌਮ ਦਾ ਜਥੇਦਾਰ ਤੇ ਅਕਾਲੀ ਫੁੱਲਾ ਸਿੰਘ ਸਾਹਿਬ ਦਾ ਨਾਮ ਮਸ਼ਹੂਰ ਹੋ ਗਿਆ ਅਕਾਲੀ ਫੁੱਲਾ ਸਿੰਘ ਸਾਹਿਬ ਦੇ ਕੋਲ 800 ਘੋੜ ਸਵਾਰ ਤੇ 700 ਪੈਦਲ ਸਿਪਾਹੀ ਹਮੇਸ਼ਾ ਹੁੰਦਾ ਸੀ 1500 ਦਾ ਜਥਾ ਲੈ ਕੇ ਅਕਾਲੀ ਫੁੱਲਾ ਸਿੰਘ ਚੱਲਿਆ ਕਰਦਾ ਸੀ ਸਿੱਖ ਰਾਜ ਨੂੰ ਵੱਡਾ ਕਰਨ ਵਿੱਚ ਬਹੁਤ ਵੱਡਾ ਹੱਥ ਹੈ ਅਕਾਲੀ ਫੁੱਲਾ ਸਿੰਘ ਸਾਹਿਬ ਦਾ ਸਿੱਖ ਰਾਜ ਦੇ 4 ਥੰਮ ਗਿਣੇ ਗਏ ਨੇ ਵੱਡਾ ਥੰਮ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਥੰਮ ਸੀ ਅਕਾਲੀ ਫੁੱਲਾ ਸਿੰਘ ਇੱਕ ਥੰਮ ਸੀ ਹਰੀ ਸਿੰਘ ਨਰੂਆ ਤੇ ਚੌਥਾ ਸੀ ਸ਼ਾਮ ਸਿੰਘ ਜੀ ਅਟਾਰੀ ਵਾਲਾ ਇਹ ਸਿੱਖ ਰਾਜ ਦੇ 4 ਥੰਮ ਗਿਣੇ ਗਏ ਨੇ
ਲੇਕਿਨ ਅਕਾਲੀ ਫੂਲਾ ਸਿੰਘ ਤੇ ਸਰਦਾਰ ਹਰੀ ਸਿੰਘ ਨਰੂਏ ਨੇ ਸਿੱਖ ਰਾਜ ਦੇ ਵਿੱਚ ਬਹੁਤ ਸਾਰੇ ਇਲਾਕੇ ਜਿਹੜੇ ਸੀ ਜਿੱਤ ਜਿੱਤ ਕੇ ਮਿਲਾ ਦਿੱਤੇ, ਸਿੱਖ ਰਾਜ ਬਹੁਤ ਵੱਡਾ ਕਰ ਦਿੱਤਾ। ਕਾਬਲ ਤੱਕ ਤੁਹਾਡੇ ਵੱਡਿਆਂ ਦੀਆਂ ਧਾਕ ਪੈਂਦੀ ਸੀ, ਇੱਧਰ ਜੰਮੂ ਕਸ਼ਮੀਰ ਦਾ ਇਲਾਕਾ ਤੁਹਾਡੇ ਵੱਡਿਆਂ ਨੇ ਜਿੱਤ ਜਿੱਤ ਕੇ ਸਿੱਖ ਰਾਜ ਵਿੱਚ ਬਣਾ ਲਿਆ। ਆ ਸਾਰਾ ਹੀ ਅੱਜ ਦਾ ਹਿਮਾਚਲ ਹਰਿਆਣਾ ਜਮਨਾ ਤੱਕ ਜਦੋਂ ਜਾ ਕੇ ਸਿੱਖਾਂ ਦੇ ਘੋੜੇ ਪਾਣੀ ਪੀਂਦੇ ਸੀ, ਉਹ ਵੀ ਸਿੱਖ ਰਾਜ ਦੇ, ਉਸ ਜਮਨਾ ਦੇ ਕੰਢੇ ਤੱਕ ਜਾ ਕੇ ਸਿੱਖ ਰਾਜ ਦੇ ਬਹਾਦਰ ਸੂਰਮੇ ਦੇ ਘੋੜੇ ਪਾਣੀ ਪੀਆ ਕਰਦੇ ਸਨ। ਬੜਾ ਵੱਡਾ ਰਾਜ ਚੱਲਦਾ ਸੀ, ਪਰ ਇੱਧਰ ਮੁਹੰਮਦ ਅਜ਼ੀਮ ਖਾਨ ਨੇ ਵੇਖਿਆ, ਕਿਉਂਕਿ ਇਹਦੇ ਬਹੁਤ ਸਾਰੀਆਂ ਜਿਹੜੀਆਂ ਫੌਜਾਂ ਸੀ ਹਾਰ ਗਈਆਂ, ਇਹਦਾ ਭਰਾ ਦੋ ਤਿੰਨ ਭਰਾ ਇਹਦੇ ਸਾਰੇ ਹਾਰ ਗਏ, ਉਹਨਾਂ ਕੋਲੋਂ ਖਾਲਸੇ ਨੇ ਇਲਾਕੇ ਜਿੱਤ ਜਿੱਤ ਕੇ ਸਿੱਖ ਰਾਜ ਦੇ ਵਿੱਚ ਮਿਲਾ ਦਿੱਤੇ। ਮੁਹੰਮਦ ਅਜ਼ੀਮ ਖਾਨ ਨੇ ਗੁੱਸਾ ਖਾ ਕੇ ਆਖਿਆ, ਹੁਣ ਸਿੱਖਾਂ ਦੇ ਨਾਲ ਇੱਕ ਆਖਰੀ ਟੱਕਰ ਲਈ ਜਾਏਗੀ, ਇਸ ਟੱਕਰ ਤੋਂ ਬਾਅਦ ਜਾਂ ਪੰਜਾਬ ਦੀ ਧਰਤੀ ਤੇ ਕੇਸਰੀ ਨਿਸ਼ਾਨ ਸਾਹਿਬ ਝੂਲੇਗਾ, ਜਾਂ ਫਿਰ ਪੰਜਾਬ ਦੀ ਧਰਤੀ ਤੇ ਹੈਦਰੀ ਝੰਡਾ ਝੂਲੇਗਾ। ਇਹ ਤਿਆਰੀ ਹੁੰਦੀ ਵੇਖ ਕੇ ਇੱਕ ਸਿੱਖ ਇੱਥੋਂ ਤਿਆਰ ਹੋਇਆ, ਜਿਹੜਾ ਭੇਸ ਬਦਲ ਕੇ ਖੜਾ ਸੀ, ਇਹਨੇ ਘੋੜਾ ਭਜਾਇਆ ਤੇ ਲਾਹੌਰ ਦੀ ਧਰਤੀ ਤੇ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਕਹਿਣ ਲੱਗਾ, ਸ਼ੇਰੇ ਪੰਜਾਬ ਬਹੁਤ ਵੱਡੀ ਫੌਜ ਲੈ ਕੇ, ਬਹੁਤ ਜ਼ਿਆਦਾ ਤੋਪਖਾਨਾ ਲੈ ਕੇ, ਬਹੁਤ ਜ਼ਿਆਦਾ ਗੋਲੀ ਸਿੱਕਾ ਲੈ ਕੇ, ਮੁਹੰਮਦ ਅਜ਼ੀਮ ਖਾਨ 45,000 ਫੌਜ ਨੂੰ ਨਾਲ ਲੈ ਕੇ ਮਾਰੋ ਮਾਰ ਕਰਦਾ ਤਿਆਰੀਆਂ ਕਰਦਾ ਹੈ। ਉਹ ਕਹਿੰਦਾ ਕਿ ਅਟਕ ਦੇ ਲਾਗੇ ਲੁੰਡੇ ਦਰਿਆ ਦੇ ਕੰਢੇ ਤੇ ਨਸ਼ਹਿਰੇ ਦਾ ਮੈਦਾਨ ਜਿਹੜਾ, ਇੱਥੇ ਖਾਲਸੇ ਦੇ ਨਾਲ ਇੱਕ ਟੱਕਰ ਲਈ ਜਾਵੇਗੀ। ਆਏ ਹੋਏ ਸਿੱਖ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮੁਹੰਮਦ ਅਜ਼ੀਮ ਖਾਨ ਦੀਆਂ ਫੌਜਾਂ ਦੀ ਤਿਆਰੀ ਕਿਵੇਂ ਦੱਸੀ। ਬੜੀ ਕਾਬਲੇ ਦੌਰ ਕਵਿਤਾ ਹੈ ਮੇਰੇ ਸਾਥੀ ਗੁਰਮੇਲ ਸਿੰਘ ਮਰਹਾਣੇ ਵਾਲਾ, ਸਕੇ ਭਰਾ ਭੁਪਿੰਦਰ ਸਿੰਘ ਤੇ ਜਗਿੰਦਰ ਸਿੰਘ ਦਦੇਰ ਸਾਹਿਬ ਵਾਲੇ, ਕਵੀ ਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰੀ ਦਾ ਜਥਾ ਤੁਹਾਡੇ ਸਾਹਮਣੇ ਕਵਿਤਾ ਬਿਆਨ ਕਰ ਰਿਹਾ। ਆਏ ਹੋਏ ਸਿੱਖ ਨੇ ਲਾਹੌਰ ਦੀ ਧਰਤੀ ਤੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਕੇ ਕੀ ਆਖਿਆ, ਆਖਿਆ ਅਟਕੋ ਪਾਰ ਨਸ਼ਹਿਰੇ ਗਿਰਦੇ ਆ ਜੁੜਿਆ ਮਲਖਈਆ। ਮਿਲੀ ਅਮੋਲ ਮੋਲ ਦੇ ਅੰਦਰ ਸੋਚ ਵਾਰੀ ਚੜ੍ਹ ਆਇਆ, ਜੋ ਕਾਬਲ ਦਾ ਪੱਗ ਬਨ ਗਿਲ ਗਿਆ, ਸ਼ਸਤਰ ਲੈ ਕੇ ਧਾਇਆ।
ਦੱਸ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵੇਲੇ ਤਿਆਰੀ ਦਾ ਹੁਕਮ ਦੇ ਦਿੱਤਾ, ਆਪਣੇ ਪੁੱਤਰ ਸ਼ੇਰ ਸਿੰਘ ਨੂੰ ਆਖਿਆ ਕਿ ਤੁਸੀਂ ਆਪਣੀਆਂ ਫੌਜਾਂ ਨੂੰ ਲੈ ਕੇ ਅੱਜ ਦੇ ਕੰਢੇ ਤੇ ਪਹੁੰਚ ਜਾਓ। ਉਸੇ ਵੇਲੇ ਦੀਵਾਨ ਕਿਰਪਾ ਰਾਮ ਨੂੰ ਆਖਿਆ ਕਿ ਤੁਸੀਂ ਵੀ ਆਪਣਾ ਫੌਜੀ ਦਸਤਾ ਲੈ ਕੇ ਅੱਜ ਦੇ ਕੰਢੇ ਤੇ ਪਹੁੰਚ ਜਾਓ। ਉਸੇ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਰੂਏ ਨੂੰ ਸੁਨੇਹਾ ਭੇਜ ਦਿੱਤਾ, ਆਖਿਆ ਸਰਦਾਰ ਹਰੀ ਸਿੰਘ ਨਰੂਆ ਜੀ, ਤੁਸੀਂ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਅੱਟਕ ਦੇ ਕੰਢੇ ਤੇ ਪਹੁੰਚਣਾ ਹੋਏਗਾ ਜਲਦੀ ਨਾਲ। ਉੱਥੇ ਤੁਹਾਨੂੰ ਸਾਡਾ ਪੁੱਤਰ ਸ਼ੇਰ ਸਿੰਘ ਦੇ ਦੁਆਰ ਕਿਰਪਾ ਰਾਮ ਮਿਲਣਗੇ। ਔਰ ਤੁਸੀਂ ਅੱਟਕ ਨੂੰ ਪਾਰ ਕਰਕੇ ਜਹਾਂਗੀਰੇ ਦੇ ਕਿਲੇ ਉੱਤੇ ਕਬਜ਼ਾ ਕਰਨਾ ਹੋਏ। ਦੁਨੀਆਂ ਦੇ ਬੜੇ ਜਰਨੈਲ ਹੋਏ ਨੇ, ਲੇਕਿਨ ਹਰੀ ਸਿੰਘ ਨਰੂਏ ਵਰਗਾ ਜਰਨੈਲ ਅੱਜ ਤੱਕ ਨਹੀਂ ਹੋਇਆ। ਅਜੇ ਥੋੜਾ ਹੀ ਸਮਾਂ ਹੋਇਆ, ਅਮਰੀਕਾ ਨੇ ਇੱਕ ਬਹੁਤ ਵਧੀਆ ਬੜੀ ਵੱਡੀ ਕਾਨਫਰੰਸ ਕੀਤੀ, ਬੜੇ ਸਾਇੰਸਦਾਨ ਵਿਗਿਆਨੀ ਸੱਦੇ। ਜਦੋਂ ਉਹਨਾਂ ਨੇ ਫੈਸਲਾ ਕੀਤਾ ਕਿ ਦੁਨੀਆਂ ਦੇ 10 ਜਰਨੈਲਾਂ ਦਾ ਨਾਂ ਗਿਣਨਾ ਹੋਏਗਾ, ਜਦੋਂ ਦੁਨੀਆਂ ਦੇ 10 ਜਰਨੈਲਾਂ ਦਾ ਨਾਂ ਗਿਣਦਿਆਂ ਹਰੀ ਸਿੰਘ ਨਰੂਏ ਦਾ ਨਾਂ ਆਇਆ, ਉਹ ਅੰਗਰੇਜ਼ ਲਖਾਰੀ ਜਿਹੜਾ ਸੀ ਮੂੰਹ ਵਿੱਚ ਕਲਮ ਪਾ ਕੇ ਪੈਨ ਪਾ ਕੇ ਸੋਚਣ ਲੱਗੇ। ਦੂਸਰਿਆਂ ਨੇ ਪੁੱਛਿਆ ਕਾਰਨ, ਉਹਨੇ ਆਖਿਆ ਮੈਂ ਇਹੀ ਸਮਝਦਾ ਕਿ ਜਿੰਨੀ ਤਾਕਤ ਅੰਗਰੇਜ਼ਾਂ ਦੇ ਕੋਲ ਸੀ, ਜੇ ਇੰਨੀ ਤਾਕਤ ਸਿੱਖਾਂ ਦੇ ਕੋਲ ਹੁੰਦੀ ਤੇ ਸਿੱਖਾਂ ਦਾ ਜਰਨੈਲ ਹੁੰਦਾ ਹਰੀ ਸਿੰਘ ਨਰੂਆ, ਉਹ ਕਹਿੰਦਾ ਸਾਰੀ ਦੁਨੀਆਂ ਦੇ ਕੇਸਰੀ ਨਿਸ਼ਾਨ ਸਾਹਿਬ ਚਲਾ ਸਕਦਾ ਸੀ ਸਿੱਖ ਪੰਥ, ਕਿਉਂਕਿ ਏਡਾ ਨੀਤੀਵਾਨ ਤੇ ਏਡਾ ਦਲੇਰ ਜਰਨੈਲ ਸੀ ਹਰੀ ਸਿੰਘ ਨਰੂਆ। ਹਰੀ ਸਿੰਘ ਨਰੂਆ ਆਪਣੀਆਂ ਫੌਜਾਂ ਲੈ ਕੇ ਪਹੁੰਚ ਗਿਆ, ਸ਼ੇਰ ਸਿੰਘ ਵੀ ਆਪਣੀਆਂ ਫੌਜਾਂ ਲੈ ਕੇ ਪਹੁੰਚ ਗਿਆ, ਦੁਆਰ ਕਿਰਪਾ ਰਾਮ ਆਪਣੀਆਂ ਫੌਜਾਂ ਲੈ ਕੇ ਪਹੁੰਚ ਗਿਆ। ਇਹਨਾਂ ਅੜਕ ਦੇ ਉੱਪਰ ਦੀ ਬਣਾ ਕੇ ਬੇੜੀਆਂ ਦਾ ਪੁਲ ਅੜਕ ਨੂੰ ਪਾਰ ਕੀਤਾ ਤੇ ਜਹਾਂਗੀਰ ਦੇ ਕਿਲੇ ਤੇ ਕਬਜ਼ਾ ਕਰ ਲਿਆ। ਪਤਾ ਲੱਗ ਗਿਆ ਮੁਹੰਮਦ ਅਲੀਮ ਖਾਨ ਨੂੰ, ਉਹਨੇ ਬਹੁਤ ਸਾਰੀਆਂ ਫੌਜਾਂ ਜਹਾਂਗੀਰ ਦੇ ਕਿਲੇ ਵੱਲ ਨੂੰ ਤੋਰ ਦਿੱਤੀਆਂ, ਕਿਉਂਕਿ ਉਹਨੂੰ ਪਤਾ ਲੱਗ ਗਿਆ ਹਰੀ ਸਿੰਘ ਨਰੂਆ ਤੇ ਸ਼ੇਰ ਸਿੰਘ ਦੁਆਰ ਕਿਰਪਾ ਰਾਮ ਇੱਥੇ ਆ ਪਹੁੰਚੇ। ਇਹ ਸੋਚਦਾ ਸੀ ਕਿ ਹਰੀ ਸਿੰਘ ਨਰੂਆ ਇੱਥੋਂ ਜਿਉਂਦਾ ਨਾ ਨਿਕਲੇ, ਪਰ ਉਹ ਵੈਰੀ ਦੀਆਂ ਫੌਜਾਂ ਤੋਪਖਾਨਾ ਚਲਾਉਂਦੀਆਂ ਸੀ, ਅੰਦਰੋਂ ਸਿੱਖ ਫੌਜਾਂ ਜਵਾਬੀ ਫਾਇਰਿੰਗ ਕਰਦੀਆਂ ਸੀ। ਹਰੀ ਸਿੰਘ ਨਰੂਆ ਸੋਚ ਗਿਆ ਕਿ ਇਸ ਕਿਲੇ ਨੂੰ ਜਿੱਤਣਾ ਮੁਸ਼ਕਲ ਹੋ ਜਾਏਗਾ। ਉਹਨੇ ਉਸੇ ਵੇਲੇ ਇੱਕ ਚਿੱਠੀ ਲਿਖ ਕੇ ਇੱਕ ਪੱਤਰ ਲੈ ਕੇ ਆਪਣਾ ਇੱਕ ਸਿੱਖ ਰਾਮ ਨੂੰ ਭੇਜਿਆ, ਆਖਿਆ ਲਾਹੌਰ ਦੀ ਧਰਤੀ ਤੇ ਜਾ ਕੇ ਸ਼ੇਰੇ ਪੰਜਾਬ ਨੂੰ ਸੁਨੇਹਾ ਦਿਓ ਕਿ ਜੇ ਹੋਰ ਪਿੱਛੋਂ ਮਦਦ ਨਾ ਆਈ, ਜੇ ਹੋਰ ਫੌਜਾਂ ਤੇ ਜੰਗੀ ਸਮਾਨ ਨਾ ਆਇਆ, ਫਿਰ ਇਸ ਕਿਲੇ ਤੇ ਬਹੁਤਾ ਚਿਰ ਕਾਬਜ ਰਹਿਣਾ ਠੀਕ ਨਹੀਂ ਸਮਝਿਆ ਜਾਏ, ਫਿਰ ਇਸ ਕਿਲੇ ਉੱਤੇ ਕਬਜ਼ਾ ਵੈਰੀ ਦਾ ਹੋ ਸਕਦਾ ਹੈ। ਇਹ ਲੈ ਕੇ ਸੁਨੇਹਾ ਹਰੀ ਸਿੰਘ ਨਰੂਏ ਦੇ ਕੋਲੋਂ ਇੱਕ ਸਿੱਖ ਆਇਆ ਲਾਹੌਰ ਦੀ ਧਰਤੀ ਤੇ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਖਬਰਾਂ ਮਿਲੀਆਂ, ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵੇਲੇ ਦੇਸਾ ਸਿੰਘ ਮਜੀਠੀਏ ਨੂੰ ਆਖਿਆ ਆਪਣੀਆਂ ਫੌਜਾਂ ਨੂੰ ਤਿਆਰੀ ਦਾ ਹੁਕਮ ਦੇ ਕੇ ਅੱਖ ਵਾਲੇ ਪਾਸੇ ਨੂੰ ਤੁਰ ਪਾਓ। ਉਸੇ ਵੇਲੇ ਫਤਿਹ ਸਿੰਘ ਆਹਲੂਵਾਲੀਆ ਨੂੰ ਆਖਿਆ, ਰਤਨ ਸਿੰਘ ਗਰਜਾਚੀਏ ਨੂੰ ਆਖਿਆ, ਇਹ ਤਿੰਨਾਂ ਜਰਨੈਲਾਂ ਨੂੰ ਦੇਖ ਕੇ ਫੌਜਾਂ ਅੱਖ ਵਾਲ ਨੂੰ ਤੋਰ ਦਿੱਤਾ। ਆਪ ਮਹਾਰਾਜਾ ਰਣਜੀਤ ਸਿੰਘ ਇੱਥੋਂ ਤੁਰਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਿਆ। ਆਣ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਕੌਮ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਾਹਿਬ ਦੇ ਸਾਹਮਣੇ ਪੇਸ਼ ਹੋ ਗਿਆ। ਹੱਥ ਜੋੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਅਕਾਲੀ ਜੀ, ਅੱਜ ਤੁਹਾਡੇ ਪੰਥ ਨੂੰ, ਤੁਹਾਡੀ ਕੌਮ ਨੂੰ ਤੁਹਾਡੀ ਜ਼ਰੂਰਤ ਹੈ, ਤੁਹਾਡੀ ਲੋੜ ਹੈ। ਮੁਹੰਮਦ ਅਲੀਮ ਖਾਨ ਬਹੁਤ ਵੱਡੀ ਫੌਜ ਲੈ ਕੇ ਆ ਗਿਆ, ਜੇ ਆਪ ਇਸ ਜੰਗ ਦੀ ਅਗਵਾਈ ਕਰੋ ਤੇ ਜੰਗ ਜਿੱਤੀ ਜਾ ਸਕਦੀ ਹੈ,
ਉਸੇ ਵੇਲੇ ਅਕਾਲੀ ਫੂਲਾ ਸਿੰਘ ਨੇ ਆਪਣੇ 1500 ਸਿਪਾਹੀਆਂ ਨੂੰ ਤਿਆਰੀ ਦਾ ਹੁਕਮ ਦਿੱਤਾ। 800 ਘੋੜ ਸਵਾਰ ਤੇ 700 ਪੈਦਲ ਸਿਪਾਹੀ ਚਾਲਾ ਮਾਰ ਕੇ ਤੁਰ ਪਏ। ਇਹ ਵੀ ਅਟਕਦੇ ਕੰਢੇ ਤੇ ਜਾ ਪਹੁੰਚੇ। ਇੱਥੇ ਖਰੋਤੇ ਸਿੰਘ, ਦੇਸਾ ਸਿੰਘ, ਮਜੀਠੀਆ, ਫਤਿਹ ਸਿੰਘ, ਆਹਲੂਵਾਲੀਆ, ਰਤਨ ਸਿੰਘ ਰਜਾਜੀਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਸਾਹਿਬ ਵੀ ਪਹੁੰਚੇ। ਕੀ ਵੇਖਿਆ? ਸ਼ੇਰੇ ਪੰਜਾਬ ਨੇ ਅਟਕ ਵਾਲੀਆਂ ਛੱਲਾ ਮਾਰ ਮਾਰ ਕੇ ਵਗ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਅਟਕਦੇ ਕੰਢੇ ਤੇ ਖਲੋਤਾ ਸੀ। ਇਹ ਸੋਚਦਾ ਸੀ ਬੇੜੀਆਂ ਦਾ ਪੁਲ ਬਣਾ ਕੇ ਪਾਰ ਕੀਤਾ ਜਾਵੇ। ਪਰ ਉਧਰ ਜਹਾਂਗੀਰ ਦੇ ਕਿਲੇ ਵਿੱਚ ਪੈਂਦੇ ਤੋਪਾਂ ਦੇ ਗੋਲੇ ਮਹਾਰਾਜਾ ਰਣਜੀਤ ਸਿੰਘ ਦੇ ਕੰਨਾਂ ਵਿੱਚ ਖੜਾਕ ਸੁਣਾਈ ਦਿੰਦਾ ਸੀ। ਇਹਨੇ ਸੋਚਿਆ ਜੇ ਬੇੜੀਆਂ ਦਾ ਪੁਲ ਬਣਾਉਂਦਾ ਵੇ ਸਮਾਂ ਲੱਗ ਜਾਏਗਾ, ਮੇਰਾ ਵੱਡਾ ਜਰਨੈਲ ਹਰੀ ਸਿੰਘ ਨਰੂਆ ਕਿਤੇ ਉਹਦਾ ਨੁਕਸਾਨ ਨਾ ਹੁੰਦਾ ਹੋਵੇ। ਸ਼ੇਰੇ ਪੰਜਾਬ ਨੇ ਸੋਚਿਆ ਕਿ ਇਸ ਦਰਿਆ ਨੂੰ ਹੁਣ ਬਿਨਾਂ ਬੇੜੀਆਂ ਤੋਂ ਪਾਰ ਕੀਤਾ ਜਾਵੇਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕਦਮ ਪੁੱਟ ਕੇ ਦੂਸਰਾ ਕਦਮ ਦਰਿਆ ਵਿੱਚ ਰੱਖਣ ਲੱਗਾ, ਉਸੇ ਵੇਲੇ ਅਟਕ ਵਿੱਚੋਂ ਆਵਾਜ਼ ਆਈ, ਸਰਦਾਰ ਰਣਜੀਤ ਸਿੰਘਾਂ ਵੇਖੀ ਸੰਭਲ ਕੇ ਕਦਮ ਧਰੀ, ਜਿਹਨੇ ਜਿਹਨੇ ਵੀ ਅੱਜ ਤੱਕ ਮੇਰੇ ਵਿੱਚ ਕਦਮ ਰੱਖਿਆ ਹੈ ਮੈਂ ਦੂਸਰਾ ਕਦਮ ਕਦੇ ਰੱਖਣ ਨਹੀਂ ਦਿੱਤਾ। ਮੇਰੇ ਪਾਣੀ ਦਾ ਵਹਾਓ ਏਡਾ ਤੇਜ ਵਗਦਾ ਹੈ, ਜੇ ਕਿਤੇ ਉੱਡਦਾ ਹੋਇਆ ਜਾਨਵਰ ਮੇਰੇ ਵਿੱਚ ਡਿੱਗ ਪਏ ਦੁਬਾਰਾ ਉਡਾਰੀ ਨਹੀਂ ਪਾ ਸਕਦਾ। ਸਰਦਾਰ ਰਣਜੀਤ ਸਿੰਘਾਂ ਕਿਤੇ ਸੰਭਲ ਕੇ ਕਦਮ ਧਰੇ। ਗੁੱਸੇ ਵਿੱਚ ਆ ਗਿਆ ਕੌਮ ਦਾ ਬਾਦਸ਼ਾਹ, ਉਹਨੇ ਆਖਿਆ ਲੜਕਾ ਤੇਰਾ ਵਾਹ ਅੱਗੇ ਕੱਚਿਆਂ ਨਾਲ ਪੈਂਦਾ ਰਿਹਾ ਹੋਇਆ, ਮੈਂ ਤੇ ਤੈਨੂੰ ਕਲਗੀਆਂ ਵਾਲੇ ਪਾਤਸ਼ਾਹ ਦਾ ਸੁਪੁੱਤਰ ਆ, ਹੁਣ ਤੈਨੂੰ ਬਿਨਾਂ ਬੇੜੀਆਂ ਤੋਂ ਪਾਰ ਕਰਕੇ ਔਰ ਧਰਮ ਦੀ ਜੰਗ ਲੜ ਕੇ ਜਿੱਤ ਕੇ ਤੇ ਫੇਰ ਵਾਪਸ ਆਣ ਕੇ ਮਿਲਾ ਗਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਕਦਮ ਰੱਖਣ ਲੱਗਾ ਫਿਰ ਅਟਕ ਵਿੱਚੋਂ ਆਵਾਜ਼ ਆਈ, ਸਰਦਾਰ ਰਣਜੀਤ ਸਿੰਘ ਕਦਮ ਸੰਭਲ ਕੇ ਧਰੀ, ਮੈਂ ਕਿਤੇ ਸਤਲੁਜ ਦਰਿਆ ਨੀ ਜਿਹਨੂੰ ਤੂੰ ਕਈ ਵਾਰੀ ਪਾਰ ਕੀਤਾ ਹੈ। ਸਰਦਾਰ ਰਣਜੀਤ ਸਿੰਘ ਨੇ ਆਖਿਆ ਅਟਕਾ ਰੇ ਤੂੰ ਸਤਲੁਜ ਨਹੀਂ ਨਾ, ਤੇ ਮੈਂ ਵੀ ਫਿਰ ਸਿਕੰਦਰ ਬਾਦਸ਼ਾਹ ਨੇ ਜਿਹੜਾ ਸਤਲੁਜ ਤੋਂ ਪਿੱਛੇ ਮੁੜ ਗਿਆ ਸੀ, ਜਿਹਨੇ ਦੁਨੀਆਂ ਨੂੰ ਜਿੱਤਣ ਦਾ ਤੁਹਈਆ ਕੀਤਾ ਸੀ ਸਿਕੰਦਰ ਬਾਦਸ਼ਾਹ ਨੇ। ਇੱਕ ਵਾਰੀ ਆਇਆ ਸੀ ਸਤਲੁਜ ਦੇ ਕੰਢੇ ਤੇ, ਇਹਨੇ ਵੇਖਿਆ ਸਤਲੁਜ ਵਿੱਚ ਹੜ ਆਇਆ ਤੇ ਇੱਥੋਂ ਡਰਦਾ ਵਾਪਸ ਮੁੜ ਗਿਆ। ਸਰਦਾਰ ਰਣਜੀਤ ਸਿੰਘ ਨੇ ਆਖਿਆ ਅਟਕਾ ਰੇ ਤੂੰ ਸਤਲੁਜ ਤੇ ਮੈਂ ਵੀ ਸਿਕੰਦਰ ਬਾਦਸ਼ਾਹ ਨੇ। ਕਹਿੰਦੇ ਫਿਰ ਦੂਸਰੀ ਵਾਰੀ ਆਵਾਜ਼ ਆਈ, ਸਰਦਾਰ ਰਣਜੀਤ ਸਿੰਘ ਸੰਭਲ ਕੇ ਕਦਮ ਧਰੀ, ਮੈਂ ਕਿਤੇ ਬਿਆਸ ਤੇ ਆ ਗਈ। ਸਰਦਾਰ ਰਣਜੀਤ ਸਿੰਘ ਨੇ ਮੋਸ਼ਨ ਨੂੰ ਤਾਰ ਦੇ ਕੇ ਆਖਿਆ ਲੜਕਾ ਜੇ ਤੂੰ ਬਿਆਸ ਨੇ ਨਾ, ਤੇ ਮੈਂ ਵੀ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਨੇ ਜਿਹੜਾ ਵਾਪਸ ਮੁੜ ਗਿਆ ਸੀ। ਇੱਕ ਵਾਰੀ ਸ਼ਿਕਾਰ ਖੇਡਣ ਵਾਸਤੇ ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਨ ਚੜਿਆ, ਵੇਖਿਆ ਬਿਆਸ ਵਿੱਚ ਹੜ ਆਇਆ, ਇੱਥੋਂ ਡਰਦਾ ਹੀ ਮੁੜ ਗਿਆ ਸੀ। ਸਰਦਾਰ ਰਣਜੀਤ ਸਿੰਘ ਨੇ ਆਖਿਆ ਅਟਕਾ ਜੇ ਤੂੰ ਬਿਆਸ ਨਹੀਂ ਨਾ, ਮੈਂ ਵੀ ਫਿਰ ਅਬਦੁੱਲਾ ਖਾਨ ਨੇ, ਮੈਂ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਭਾਈ ਪਾਰੋ ਵਰਗਾ ਪੱਕਾ ਸਿੱਖ ਆ, ਤੇਰੇ ਵਿੱਚ ਵੀ ਪਾਰ ਹੋਵਾਂਗਾ। ਫਿਰ ਤੀਸਰੀ ਵਾਰੀ ਆਵਾਜ਼ ਆਈ ਅਟਕ ਦੇ ਵਿੱਚੋਂ, ਸਰਦਾਰ ਰਣਜੀਤ ਸਿੰਘਾ ਜਿਹੜਾ ਸੋਚ ਤੋਂ ਕੰਮ ਲਵੀ, ਸੋਚ ਦੇ ਕਦਮ ਧਰੀ ਮੈਂ ਰਾਵੀ ਦਰਿਆ ਬਣੀਗਾ ਜਦੋਂ ਤੂੰ ਰੋਜ਼ ਪਾਰ ਕਰਦਾ। ਸਰਦਾਰ ਰਣਜੀਤ ਸਿੰਘ ਨੇ ਆਖਿਆ ਅਟਕਾ ਜੇ ਤੂੰ ਰਾਵੀ ਨਹੀਂ ਨਾ, ਤੇ ਮੈਂ ਵੀ ਪੰਬੀ ਬਾਦਸ਼ਾਹ ਨਹੀਂ ਗਾ ਜਿਹੜਾ ਆਪਣੀ ਕੌਮ ਦੇ ਨਾਲ ਗਦਾਰੀ ਕਰਦਾ ਹੋਇਆ ਰਾਵੀ ਤੋਂ ਪਿੱਛੇ ਪਰਤ ਗਿਆ।
ਜੇ ਤੂੰ ਰਾਵੀ ਦਰਿਆਰੀ ਤੇ ਮੈਂ ਅੱਧੀ ਬਾਦਸ਼ਾਹ ਜਿਹੜਾ ਆਪਣੀ ਕੌਮ ਨਾਲ ਗਦਾਰੀ ਕਰ ਗਿਆ ਸੀ, ਮੈਂ ਜਿਹੜਾ ਕਦਮ ਪੁੱਟਾਂਗਾ ਉਹ ਦੂਸਰਾ ਕਦਮ ਮੈਂ ਵੈਰੀ ਦੀ ਛਾਤੀ ਤੇ ਰੱਖਣਾ ਜਾਣਦਾ। ਕਹਿੰਦੇ ਹੁਣ ਚੌਥੀ ਵਾਰੀ ਆਵਾਜ਼ ਆਈ ਅੜਕ ਦੇ ਵਿੱਚੋਂ, ਸਰਦਾਰ ਰਣਜੀਤ ਸਿੰਘਾਂ ਵਿੱਚ ਕਿਤੇ ਗਲਤੀ ਨਾ ਕਰ ਬੈਠੀ, ਮੈਂ ਚਨਾ ਦਰਿਆ ਵੀ ਨਹੀਂ ਗਾ। ਸਰਦਾਰ ਰਣਜੀਤ ਸਿੰਘ ਨੇ ਆਖਿਆ ਅੜਕਾ ਜੇ ਤੂੰ ਚਨਾ ਨਹੀਂ ਨਾ, ਮੈਂ ਹੁਣ ਦੁੱਲੇ ਘੁਮਿਆਰ ਦੀ ਕੁੜੀ ਸੋਹਣੀ ਦੀ ਜਿਹੜੀ ਉਹਦੇ ਵਿੱਚ ਡੁੱਬ ਗਈ ਸੀ ਤੈਨੂੰ ਪਾਰ ਕਰਕੇ ਫਿਰ ਵਾਪਸ ਮੁੜਾਂਗਾ। ਕਹਿੰਦੇ ਪੰਜਵੀਂ ਤੇ ਆਖਰੀ ਆਵਾਜ਼ ਆਈ ਅੜਕ ਦੇ ਵਿੱਚੋਂ, ਸਰਦਾਰ ਰਣਜੀਤ ਸਿੰਘਾਂ ਵੇਖੀ ਕਿਤੇ ਗਲਤੀ ਨਾ ਕਰ ਬੈਠੀ, ਮੈਂ ਜੇਲ੍ਹ ਦਰਿਆ ਵੀ ਨਹੀਂ ਜਦੋਂ ਤੂੰ ਹੁਣੇ ਹੁਣੇ ਪਾਰ ਕਰਕੇ ਆਇਆ। ਸਰਦਾਰ ਰਣਜੀਤ ਸਿੰਘ ਨੇ ਆਖਿਆ ਪਰ ਅੜਕਾ ਜੇ ਤੂੰ ਜੇਲ੍ਹ ਨਹੀਂ ਨਾ, ਮੈਂ ਵੀ ਫਿਰ ਗੁੰਡਾ ਅਵਦਾਲੀ ਨਹੀਂ ਜਿਹੜਾ ਮੇਰੇ ਦੇਸ਼ ਨੂੰ ਲੁੱਟਦਾ ਰਿਹਾ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਨੇਕ ਸਪੁੱਤਰ ਆ, ਉਹ ਤੇਰੀ ਛਾਤੀ ਵਿੱਚ ਕਦਮ ਰੱਖ ਕੇ ਪਾਰ ਕਰਾਂਗਾ। ਸਰਦਾਰ ਰਣਜੀਤ ਸਿੰਘ ਨੇ ਅੜਕ ਦੇ ਜਿਹੜੇ ਦੇ ਖਲੋ ਕੇ ਉਹਨੇ ਚਾਰ ਗੱਲਾਂ ਕੀਤੀਆਂ। ਕੀ ਆਖਿਆ? ਆਖਿਆ ਮੈਂ ਅੜਕਾ ਨਹੀਂ ਅੜਕਣਾ, ਅਟਕਾਇਆ ਦੇ ਗੱਡੀਆਂ ਖੇਰ ਬਗਾਲ ਦਾ ਪਿੱਛੇ ਨਹੀਂ ਹਟਦਾ, ਸਾਨੂੰ ਚਾਹੀਦਾ।
ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਅਟਕਾ ਸਾਡੇ ਵੱਡਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨਾ, ਅਸੀਂ ਉਸ ਇਤਿਹਾਸ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ। ਜਿਵੇਂ ਸਾਡੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ 40 ਮਰਦਾਂ ਨੂੰ ਨਾਲ ਲੈ ਕੇ, 2 ਸੁਪੁੱਤਰਾਂ ਨੂੰ ਨਾਲ ਲੈ ਕੇ 10 ਲੱਖ ਮਲਖਈਏ ਦੇ ਦੰਦ ਖੱਡੇ ਕਰ ਦਿੱਤੇ ਸੀ, ਇਸ ਤਰ੍ਹਾਂ ਦਾ ਇਤਿਹਾਸ ਰਚਣ ਵਾਸਤੇ ਆਏ। ਅੱਜ ਅਟਕਾ ਤੈਨੂੰ ਬਿਨਾਂ ਬੇੜੀਆਂ ਤੋਂ ਪਾਰ ਕਰਨਾ। ਸਿੱਖ ਇਤਿਹਾਸ ਬਣਾਉਂਦਾ ਬੜਾ ਸਪੈਸ਼ਲ ਹੈ। ਜਦੋਂ ਬਲਤਾਨ ਦੀ ਜੰਗ ਹੋ ਰਹੀ ਸੀ ਔਰ ਜਿਹੜੀ ਤੋਪ ਵਿੱਚੋਂ ਗੋਲੇ ਚੱਲਦੇ ਸਨ, ਉਸ ਤੋਪ ਦਾ ਪਹੀਆ ਟੁੱਟ ਗਿਆ ਤੇ ਜਿੰਨਾ ਚਿਰ ਉਹ ਬਰਾਬਰ ਨਾ ਹੋਵੇ ਉਹਨਾਂ ਚਿਰ ਗੋਲਾ ਸਹੀ ਟਿਕਾਣੇ ਤੇ ਨਹੀਂ ਸੀ ਲੱਗ ਸਕਦਾ। ਤੋਪ ਜੀ ਨੇ ਆਖਿਆ ਇਹਦਾ ਪਹੀਆ ਬਰਾਬਰ ਕਰਨ ਵਾਸਤੇ ਆਪਾਂ ਨੂੰ ਕੋਈ ਹੀਲਾ ਕਰਨਾ ਪਏਗਾ। ਇੱਕ ਸਿੱਖ ਆਇਆ, ਉਹਨੇ ਆਖਿਆ ਮੈਂ ਮੋਢਾ ਦੇ ਦਿੰਦਾ ਇਸ ਪਹੀਏ ਦੇ ਥੱਲੇ, ਬਰਾਬਰ ਕਰ ਦਿਆਂਗਾ। ਤੋਪ ਜੀ ਨੇ ਆਖਿਆ ਜਦੋਂ ਫਾਇਰ ਹੋਏਗਾ ਨਾ, ਫਿਰ ਤੇਰਾ ਇਹਦੇ ਥੱਲੇ ਕੁਛ ਨਹੀਂ ਰਹੇਗਾ, ਚੀਥੜੇ ਉੱਡ ਜਾਣਗੇ। ਪਰ ਕੁਰਬਾਨੀਆਂ ਦੇਣ ਵਾਲਿਆਂ ਦੀਆਂ ਲੈਣਾਂ ਲੱਗ ਗਈਆਂ, ਬਹੁਤ ਸਾਰੇ ਸਿੱਖ ਸੂਰਮੇ ਲੈਣ ਲਾ ਕੇ ਖੜੇ ਹੋ ਗਏ। ਤੋਪ ਜੀ ਨੂੰ ਕਹਿੰਦੇ ਅਸੀਂ ਮੋਢਾ ਦੇ ਜਾਵਾਂਗੇ, ਪਰ ਤੂੰ ਆਪਣਾ ਫਾਇਰ ਨਾ ਫੇਰ ਹੋੜ ਦੇ, ਫਾਇਰ ਕਰੀ ਜਾ। ਸਿੱਖ ਖਾਲਸਾ ਜਿਹੜਾ ਇਤਿਹਾਸ ਰਚਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸਾ ਕੀਤਾ, ਇਸ ਅਟਕ ਦੇ ਵਿੱਚ ਆਪਣਾ ਘੋੜਾ ਛੱਡਿਆ। ਮਗਰੀ ਅਕਾਲੀ ਫੂਲਾ ਸਿੰਘ ਸਾਹਿਬ ਨੇ, ਦੇਸਾ ਸਿੰਘ ਮਜੀਠੀਏ ਨੇ, ਫਤਿਹ ਸਿੰਘ ਆਹਨੂੰ ਵਾਲੀਏ ਨੇ, ਰਤਨ ਸਿੰਘ ਗੁਰਜਾਠੀਏ ਨੇ ਆਪਣੀਆਂ ਫੌਜਾਂ ਨੂੰ ਕਹਿ ਕੇ ਅਟਕ ਦੇ ਵਿੱਚ ਛਾਲਾ ਲਗਵਾ ਦਿੱਤੀਆਂ। ਜਿੰਨਾ ਚਿਰ ਸਾਰੀ ਹੋਰ ਪਾਰ ਨਹੀਂ ਹੋ ਗਈ, ਉਹਨਾਂ ਚਿਰ ਮਹਾਰਾਜਾ ਰਣਜੀਤ ਸਿੰਘ ਅਟਕ ਦੇ ਵਿੱਚ ਆਪਣਾ ਘੋੜਾ ਡੱਕ ਛੱਡਿਆ। ਜਦੋਂ ਸਾਰੀਆਂ ਫੌਜਾਂ ਪਾਰ ਹੋ ਗਈਆਂ, ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਪਾਰ ਕੱਢਿਆ। ਜਹਾਂਗੀਰੇ ਦੇ ਕਿਲੇ ਤੇ ਜਦੋਂ ਖਾਲਸੇ ਨੇ ਜਾ ਕੇ ਕੀਤਾ ਹਮਲਾ, ਵੈਰੀ ਦੀਆਂ ਫੌਜਾਂ ਦੌੜ ਗਈਆਂ ਇੱਥੋਂ, ਫਿਰ ਖਾਲਸੇ ਨੇ ਇਸ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੜਾ ਦਿੱਤਾ। ਮੁਹੰਮਦ ਅਲੀਮ ਖਾਨ ਦੀਆਂ ਫੌਜਾਂ ਸੋਚਦੀਆਂ ਸਨ, ਉਹ ਕਹਿੰਦੇ ਖਾਲਸੇ ਵਿੱਚ ਕਿੰਨੀ ਯੁੱਧ ਹੋਏਗੀ, ਜੇ ਇਸ ਦਰਿਆ ਦੇ ਉੱਪਰ ਦੀ ਉੱਡਦਾ ਹੋਇਆ ਜਾਨਵਰ ਇੱਕ ਵਾਰੀ ਡਿੱਗ ਪਏ ਦੁਬਾਰਾ ਉਡਾਰੀ ਨਹੀਂ ਭਰ ਸਕਦਾ, ਉਸ ਦਰਿਆ ਨੂੰ ਗੁਰੂ ਕਾ ਖਾਲਸਾ ਬਿਨਾਂ ਬੇੜੀਆਂ ਤੋਂ ਪਾਰ ਕਰ ਆਇਆ। ਇਹ ਡਰ ਕੇ ਮੁਹੰਮਦ ਅਲੀਮ ਖਾਨ ਦੇ ਸਿਪਾਹੀ ਨਸ਼ਹਿਰੇ ਦੇ ਮੈਦਾਨ ਵੱਲ ਨੂੰ ਦੌੜ ਗਏ। ਖਾਲਸੇ ਨੇ ਜਿੱਤ ਦਾ ਨਿਸ਼ਾਨ ਸਿਰ ਜਹਾਂਗੀਰ ਦੇ ਕਿਲੇ ਦੇ ਚੜਾ ਦਿੱਤਾ। ਰਾਤ ਕੱਢੀ ਗੁਰੂ ਕੇ ਖਾਲਸੇ ਨੇ ਇੱਥੇ ਦਿਲ ਚੜਿਆ ਤੇ ਅਕਾਲੀ ਫੂਲਾ ਸਿੰਘ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਖਲੋ ਕੇ ਅਰਦਾਸ ਕੀਤੀ ਆ, ਕੋ ਖੜਾ ਮਹਾਰਾਜ ਰਣਜੀਤ ਸਿੰਘ, ਹਰੀ ਸਿੰਘ ਨਰੂਆ, ਦੇਸਾ ਸਿੰਘ ਮਜੀਠੀਆ, ਰਤਨ ਸਿੰਘ ਗੁਰਜਾਠੀਆ, ਫਤਿਹ ਸਿੰਘ ਆਹਲੂਵਾਲੀਆ, ਸਾਰੇ ਸੂਰਮੇ ਨੂੰ ਲਾ ਕੇ ਖਲਿਆੜ ਕੇ ਅਕਾਲੀ ਫੂਲਾ ਸਿੰਘ ਸਾਹਿਬ ਨਿਹੰਗ ਸਿੰਘ ਨੇ ਅਰਦਾਸ ਕੀਤੀ। 10 ਗੁਰੂ ਸਾਹਿਬਾਨਾਂ ਨੂੰ ਸਿਮਰ ਕੇ, ਸਮੂਹ ਸ਼ਹੀਦਾਂ ਨੂੰ ਧਿਆ ਕੇ, ਸਮੂਹ ਭਗਤਾਂ ਨੂੰ ਯਾਦ ਕਰਕੇ, ਅੱਜ ਹੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ, ਤੇਰਾ ਖਾਲਸਾ ਦੇ ਧਰਮ ਦੀ ਜੰਗ ਲੜਨ ਵਾਸਤੇ ਚੱਲਿਆ, ਇਸ ਧਰਮ ਦੀ ਜੰਗ ਨੂੰ ਜਿੱਤ ਕੇ ਫਿਰ ਗੁਰੂ ਕਾ ਖਾਲਸਾ ਵਾਪਸ ਮੁੜੇਗਾ, ਆਪਣੇ ਖਾਲਸੇ ਦੇ ਅੰਗ ਸੰਗ ਰਹਿਣਾ ਸਹਾਈ ਹੋਣਾ। ਇੱਥੋਂ ਛੱਡ ਕੇ ਜਿਨਕਾਰੇ ਖਾਲਸਾ ਤੁਰ ਪਿਆ, 5 ਜਿਨਕਾਰੇ ਵਜਾਏ ਨੇ ਕਿ ਇੱਥੋਂ ਖਾਲਸੇ ਨੇ ਤੁਰਨ ਲੱਗਿਆ। ਪਰ ਅਸੀਂ ਅੱਜ ਵੇਖੀਦਾ ਕਈ ਵਾਰੀ ਅਖੰਡ ਪਾਠ ਦਾ ਭੋਗ ਹੋਵੇ, ਭਾਵੇਂ ਕੋਈ ਸਮੈਕ ਪੀ ਕੇ ਅਮਲੀ ਮਰ ਗਿਆ ਹੋਵੇ, ਉੱਥੇ ਵੀ 5-5 ਜਿਨਕਾਰੇ ਛੱਡ ਜਾਂਦੇ, ਕੋਈ ਮਰਿਆਦਾ ਸੀ, ਲੇਕਿਨ ਅਸੀਂ ਇਤਿਹਾਸ ਨੂੰ ਭੁੱਲਦੇ ਜਾ ਰਹੇ। 5 ਜਿਨਕਾਰੇ ਗੁਰੂ ਕਾ ਖਾਲਸਾ ਉਦੋਂ ਛੱਡਦਾ ਜਦੋਂ ਕਿਸੇ ਮਹਿਮ ਨੂੰ ਚੜਿਆ ਹੋਵੇ, ਜਦੋਂ ਕਿਸੇ ਮੋਰਚੇ ਨੂੰ ਫਤਿਹ ਕਰਨਾ ਹੋਵੇ ਔਰ ਸ਼ਹੀਦੀ ਅਰਦਾਸਾ ਕਰਕੇ ਜਦੋਂ ਗੁਰੂ ਕਾ ਖਾਲਸਾ ਤੁਰੇ, ਫਿਰ 5 ਜਿਨਕਾਰੇ ਛੱਡ ਕੇ ਤੁਰਦਾ। 5 ਜਿਨਕਾਰੇ ਛੱਡ ਕੇ ਗੁਰੂ ਕਾ ਖਾਲਸਾ ਤੁਰਿਆ।
ਮਹਾਰਾਜਾ ਰਣਜੀਤ ਸਿੰਘ ਉੱਚੀ ਸੇੜੀ ਤੇ ਜਾ ਕੇ ਖਲੋ ਗਿਆ। ਗਲ ਵਿੱਚ ਪੱਲਾ ਪਾ ਲਿਆ, ਪੈਰਾਂ ਤੋਂ ਜੋੜਾ ਉਤਾਰ ਲਿਆ। ਜਦੋਂ ਆਇਆ ਅਕਾਲੀ ਹੂਦਾ ਸਿੰਘ ਸਾਹਿਬ ਦਾ ਜਥਾ, ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣਾ ਕੇ ਅਕਾਲੀ ਹੂਦਾ ਸਿੰਘ ਸਾਹਿਬ ਦੇ ਜਥੇ ਨੂੰ ਤੋੜ ਦਿੱਤਾ। 800 ਘੋੜ ਸਵਾਰ ਤੇ 700 ਪੈਦਲ ਸਿਪਾਹੀ ਸੀ ਅਕਾਲੀ ਫੂਲਾ ਸਿੰਘ ਸਾਹਿਬ ਦੇ ਕੋਲ। ਮਗਰੇ ਆ ਗਿਆ ਦੇਸਾ ਸਿੰਘ ਮਜੀਠੀਆ, ਇਹਦੇ ਕੋਲ 1000 ਸਿਪਾਹੀ ਸੀ, 800 ਘੋੜ ਸਵਾਰ ਤੇ 200 ਪੈਦਲ ਸਿਪਾਹੀ, ਇਹਨਾਂ ਨੂੰ ਫਤਿਹ ਬਣਾ ਕੇ ਤੋੜ ਦਿੱਤਾ। ਮਗਰੇ ਆ ਗਿਆ ਕੌਮ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ, ਇਹਦੇ ਕੋਲ 3000 ਘੋੜ ਸਵਾਰ ਤੇ 200 ਪੈਦਲ 2000 ਪੈਦਲ ਸਿਪਾਹੀ ਸੀ, 5000 ਦਾ ਜਥਾ ਲੈ ਕੇ ਤੁਰ ਪਿਆ। ਇਹਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਆਪਣਾ ਜਥਾ ਲੈ ਕੇ ਤੁਰਿਆ। ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵੇ ਤੇ ਸ਼ੇਰ ਸਿੰਘ ਨੂੰ ਆਖਿਆ, ਤੁਸੀਂ ਲੁੰਡੇ ਦਰਿਆ ਵਾਲੇ ਪਾਸੇ ਨੂੰ ਚੱਲਣਾ ਹੋਏਗਾ, ਕਿਉਂਕਿ ਇਧਰੋਂ ਮੁਹੰਮਦ ਅਜ਼ੀਮ ਖਾਂ ਖੁਦ ਆ ਰਿਹਾ। ਮਹਾਰਾਜਾ ਰਣਜੀਤ ਸਿੰਘ ਜਾਣਦਾ ਸੀ ਕਿ ਮੁਹੰਮਦ ਅਜ਼ੀਮ ਖਾਂ ਦਾ ਮੁਕਾਬਲਾ ਹਰੀ ਸਿੰਘ ਨਲਵੇ ਕਰ ਸਕਦਾ ਹੈ। ਜਦੋਂ ਹਰੀ ਸਿੰਘ ਨਲਵੇ ਦਾ ਜਥਾ ਤੁਰ ਪਿਆ, ਇੰਨੇ ਚਿਰੋਂ ਇੱਕ ਸਿੱਖ ਆਇਆ, ਉਹਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਆਖਿਆ, ਸ਼ੇਰੇ ਪੰਜਾਬ, ਆਪਣਾ ਜੰਗੀ ਅਸਲਾ ਤੋਪ ਖਾਨਾ ਲੈ ਕੇ ਜਨਰਲ ਬਨਤੂਰਾ ਅਜੇ ਲੇਟ ਆ ਰਿਹਾ, ਸੋ ਸਾਡੀ ਬੇਨਤੀ ਹੈ ਕਿ ਜੰਗ ਦੁਪਹਿਰਾਂ ਤੱਕ ਰੋਕ ਦਿੱਤੀ ਜਾਵੇ, ਦੁਪਹਿਰ ਤੋਂ ਬਾਅਦ ਗੁਰੂ ਕਾ ਖਾਲਸਾ ਹਮਲਾ ਕਰੇ ਤੇ ਜੰਗ ਛੇਤੀ ਜਿੱਤੀ ਜਾ ਸਕਦੀ ਹੈ। ਉਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਘੋੜੇ ਨੂੰ ਲਾਈ ਰੱਖੀ, ਘੋੜਾ ਬਣਾ ਕੇ ਅਕਾਲੀ ਹੂਦਾ ਸਿੰਘ ਸਾਹਿਬ ਦੇ ਘੋੜੇ ਨਾਲ ਬਣਾ ਕੇ ਫਿਰ ਹੱਥ ਜੋੜ ਕੇ ਖਲੋ ਗਿਆ। ਅਕਾਲੀ ਹੂਦਾ ਸਿੰਘ ਸਾਹਿਬ ਨੇ ਆਪਣੇ ਘੋੜੇ ਦੀਆਂ ਆਵਾਜ਼ਾਂ ਖਿੱਚੀਆਂ, ਆਖਿਆ, ਸ਼ੇਰੇ ਪੰਜਾਬ ਹੋਰ ਕੀ ਆਫ਼ਤ ਆ ਗਈ। ਸ਼ੇਰੇ ਪੰਜਾਬ ਨੇ ਹੱਥ ਜੋੜ ਕੇ ਆਖਿਆ, ਅਕਾਲੀ ਜੀ, ਮੈਨੂੰ ਹੁਣੇ ਹੁਣੇ ਸੁਨੇਹਾ ਮਿਲਿਆ ਕਿ ਆਪਣਾ ਜਨਰਲ ਬਨਤੂਰਾ ਉਹ ਤੋਪਖਾਨਾ ਲੈ ਕੇ ਥੋੜਾ ਜਿਹਾ ਲੇਟ ਆ ਰਿਹਾ ਹੈ। ਮੇਰੀ ਬੇਨਤੀ ਹੈ ਕਿ ਜਿੰਨਾ ਚਿਰ ਤੋਪਖਾਨਾ ਨਹੀਂ ਆਉਂਦਾ ਉਹਨਾਂ ਚਿਰ ਜੰਗ ਨੂੰ ਰੋਕ ਦਿੱਤਾ ਜਾਵੇ। ਗੁੱਸੇ ਵਿੱਚ ਆ ਗਿਆ ਕੌਮ ਦਾ ਜਥੇਦਾਰ ਨਿਹੰਗ ਸਿੰਘ ਅਕਾਲੀ ਫੂਲਾ ਸਿੰਘ, ਖਿੱਚ ਕੇ ਮਿਆਨ ਚੋਂ ਖੰਡਾ, ਆਖਿਆ, ਉਹ ਪਾਸੇ ਹਟ ਜਾ ਕੌਮ ਦੇ ਬਾਦਸ਼ਾਹ, ਮੇਰਾ ਨਿਕਲਿਆ ਹੋਇਆ ਖੰਡਾ ਹੁਣ ਕਿਤੇ ਤੇਰੇ ਤੇ ਨਾ ਚੱਲ ਜਾਵੇ, ਤੈਨੂੰ ਮਾਣ ਹੋਏਗਾ ਆਪਣੇ ਤੋਪਖਾਨੇ ਤੇ, ਤੈਨੂੰ ਮਾਣ ਹੋਏਗਾ ਆਪਣੀਆਂ ਫੌਜਾਂ ਤੇ, ਤੈਨੂੰ ਮਾਣ ਹੋਏਗਾ ਆਪਣੇ ਸਿਪਾਹੀਆਂ ਤੇ, ਲੇਕਿਨ ਮੈਨੂੰ ਮਾਣ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਖੜ ਕੇ ਕੀਤੀ ਹੋਈ ਅਰਦਾਸ ਦੇ, ਮੈਂ ਅਰਦਾਸ ਕਰਕੇ ਕਦੇ ਕਦਮ ਪਿੱਛੇ ਨੂੰ ਨਹੀਂ ਪੱਟਾਂਗਾ। ਅਕਾਲੀ ਹੂਦਾ ਸਿੰਘ ਸਾਹਿਬ ਨੇ ਸ਼ੇਰੇ ਪੰਜਾਬ ਦੇ ਨਾਲ ਚਾਰ ਗੱਲਾਂ ਜਗਦੇਵ ਦਾ ਲੱਟ ਪਾਏ, ਪਰਖਣ ਲਈ ਗੈਰ ਪਵਾਉਂਦਾ ਰੋਜ਼ ਮਾਂ
ਪਿੱਛੇ ਨੂੰ ਹੁੜਦਾ ਨਹੀਂ, ਸੁਰਬੀਰ ਦਾ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ, ਸੁਰਬੀਰ ਦਾ ਸੂਰਮਾ ਬਾਰੇ
ਕੌਮ ਦਾ ਜਥੇਦਾਰ ਸ਼ਹਾਦਤ ਦਾ ਜਾਮ ਦੇ ਪੀਆ ਲੇਕਿਨ ਟਰਕੀ ਪਹਾੜੀ ਤੋਂ ਉਹ ਜਿਹੜਾ ਸੀ ਹੈਦਰੀ ਝੰਡਾ ਪੁੱਟ ਕੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾ ਦਿੱਤਾ ਕੌਮ ਦੇ ਜਥੇਦਾਰ ਜਦੋਂ ਪਤਾ ਲੱਗਾ ਵੈਰੀਆਂ ਨੂੰ ਕਿ ਖਾਲਸਾ ਫੌਜਾਂ ਜਿੱਤ ਗਈਆਂ ਨੇ ਜਰਦੀਆਂ ਫੌਜਾਂ ਭੱਜ ਗਈਆਂ ਕਿਸੇ ਨੇ ਮੁਹੰਮਦ ਅਜ਼ੀਮ ਖਾਨ ਨੂੰ ਸਿਰਿਆ ਦਿੱਤਾ ਕਿ ਗੁਰੂ ਕਾ ਖਾਲਸਾ ਟਰਕੀ ਪਹਾੜੀ ਦੇ ਕਾਬਜ਼ ਹੋ ਗਿਆ ਜਦੋਂ ਪਤਾ ਲੱਗਾ ਮੁਹੰਮਦ ਅਜ਼ੀਮ ਖਾਨ ਨੂੰ ਹੁੰਦੀ ਜੰਗ ਵਿੱਚੋਂ ਹਰੀ ਸਿੰਘ ਨਲੂਏ ਦੇ ਸਾਹਮਣੇ ਆਪਣਾ ਘੋੜਾ ਲੈ ਕੇ ਦੌੜ ਗਿਆ ਪਰ ਸਿੱਖਾਂ ਦਾ ਇੰਨਾ ਜਵਾ ਇਹਦੇ ਦਿਲ ਤੇ ਪੈ ਗਿਆ ਇੰਨਾ ਡਰ ਪੈ ਗਿਆ ਕਾਬਲ ਨਾ ਪਹੁੰਚ ਸਕਿਆ ਰਾਹ ਵਿੱਚ ਇਹਨੂੰ ਹਾਰਟ ਅਟੈਕ ਹੋਇਆ ਤੇ ਰਾਹ ਵਿੱਚ ਮਰ ਗਿਆ ਮੁਹੰਮਦ ਅਜ਼ੀਮ ਖਾਨ ਇੰਨਾ ਡਰ ਸੀ ਤੁਹਾਡੇ ਵੱਡਿਆਂ ਦਾ ਇੱਕ ਵਾਰੀ ਇਹਨਾਂ ਨੇ ਸੋਚਿਆ ਕਿ ਸਿੱਖਾਂ ਨੂੰ ਜਿੱਤਣਾ ਹੋਵੇ ਤੇ ਕੀ ਕਰਨਾ ਚਾਹੀਦਾ ਇੱਕ ਕਾਰੀ ਨੇ ਆਖਿਆ ਜਿੰਨੇ ਜਿੰਨੇ ਵੱਡੇ ਕਾਰੀ ਨੇ ਨਾ ਇਹ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਆ ਸਾਰਿਆਂ ਦੇ ਲੱਕ ਨੂੰ ਪਾ ਕੇ ਰੱਸੇ ਤੇ ਸਿੱਖਾਂ ਦੇ ਕਿਲਿਆਂ ਨੂੰ ਬੰਨ ਦਿਓ ਉਹਨੇ ਆਖਿਆ ਫੇਰ ਉਹਨੇ ਆਖਿਆ ਉੱਚੀ ਥਾਂ ਤੇ ਖਲੋ ਕੇ ਆਖਿਓ ਹਰੀ ਸਿੰਘ ਨਲੂਆ ਆ ਗਿਆ ਕਹਿੰਦਾ ਇਹਨਾਂ ਸਿੱਖਾਂ ਦੇ ਕਿਲੇ ਧੂ ਕੇ ਲੈ ਆਉਣੇ ਏਡਾ ਡਰਿਆ ਹਰੀ ਸਿੰਘ ਨਲੂਏ ਉਸ ਹਰੀ ਸਿੰਘ ਨਲੂਏ ਨੂੰ ਜਦੋਂ ਪਤਾ ਲੱਗਾ ਕਿ ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸ਼ਹੀਦ ਹੋ ਗਿਆ ਬੜਾ ਦੁੱਖ ਮਨਾਇਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪਤਾ ਲੱਗਾ ਰੋ ਰੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਸਾਹਿਬ ਦੇ ਚਰਨ ਧੋ ਦਿੱਤੇ ਚੌਦਾਂ ਮਾਰਚ 1823 ਨੂੰ ਜਿਸ ਵੇਲੇ ਸਿੱਖ ਰਾਜ ਸਿਖਰਾਂ ਤੇ ਸੀ ਸਮਝ ਲਓ ਸਿੱਖ ਰਾਜ ਦਾ ਇੱਕ ਥੰਮ ਸ਼ਹੀਦ ਹੋ ਗਿਆ ਸਿੱਖ ਰਾਜ ਦੇ ਪਰਛਾਵੇ ਜਿਹੜੇ ਸੀ ਉਹ ਢਾਣੇ ਸ਼ੁਰੂ ਹੋ ਗਏ ਫਿਰ 15 ਮਾਰਚ 1823 ਨੂੰ ਲੁੰਡੇ ਦਰਿਆ ਦੇ ਕੰਢੇ ਤੇ ਅਕਾਲੀ ਫੂਲਾ ਸਿੰਘ ਸਾਹਿਬ ਦਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ ਅੱਜ ਵੀ ਉਹਦੀ ਯਾਦਗਾਰ ਉੱਥੇ ਬਣੀ ਹੋਈ ਮੈਂ ਇਸ ਵੱਡੇ ਪ੍ਰਸੰਗ ਨੂੰ ਥੋੜੇ ਸਮੇਂ ਵਿੱਚ ਸਮੇਟਣ ਦਾ ਯਤਨ ਕੀਤਾ ਹੈ ਮੇਰੇ ਵੀਰ ਜਗਜੀਤ ਸਿੰਘ ਜੀ ਬਾਸੀ ਸਾਹਿਬ ਉਹਨਾਂ ਵੱਲੋਂ ਜੱਥੇ ਨੂੰ ਬਹੁਤ ਸਾਰਾ ਪਿਆਰ ਉਹਨਾਂ ਦੀਆਂ ਬੱਚੀਆਂ ਵੱਲੋਂ ਸਾਡੀ ਭੈਣ ਰਾਜਵਿੰਦਰ ਕੌਰ ਵੱਲੋਂ ਉਹਨਾਂ ਦੇ ਛੋਟੇ ਕਾਕੇ ਵੱਲੋਂ ਬਾਰ ਬਾਰ ਜੱਥੇ ਨੂੰ ਮਾਇਆ ਅਰਦਾਸ ਕਰਾਈ ਜਾ ਰਹੀ ਹੈ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੀ ਇੰਨਾ ਪਿਆਰ ਇੰਨੀ ਮੁਹੱਬਤ ਸ਼ਾਇਦ ਬਾਹਰ ਦੇ ਦੇਸ਼ਾਂ ਵਿੱਚ ਕਿਸੇ ਜੱਥਿਆਂ ਨਾਲ ਕੋਈ ਘਾਟ ਹੀ ਕਰਦਾ ਹੋਵੇ ਜਿਹਨੇ ਜਗਜੀਤ ਸਿੰਘ ਜੀ ਬਾਸੀ ਕਰਦੇ ਨੇ ਅਸੀਂ ਵਿਸਾਖੀ ਦੇ ਦਿਨਾਂ ਤੇ ਇਹਨਾਂ ਦੇ ਸ਼ਹਿਰ ਵਿੱਚ ਸਨ ਲੈਸਟਰ ਤੇ ਮੈਂ ਇਹਨਾਂ ਨਾਲ ਵੈਸੇ ਗੱਲ ਕੀਤੀ ਮੈਂ ਕਿਹਾ 13 ਅਪ੍ਰੈਲ ਨੂੰ ਵੀਰ ਜੀ ਮੇਰਾ ਜਨਮ ਦਿਨ ਆਉਂਦਾ ਕਹਿੰਦੇ ਠੀਕ ਹੈ ਅਗਲੇ ਦਿਨ ਸਾਨੂੰ ਕਹਿੰਦੇ ਆਪਾਂ 13 ਤਰੀਕ ਸ਼ਾਮ ਨੂੰ ਪ੍ਰਸ਼ਾਦਾ ਘਰੇ ਛਕਣਾ ਮੈਂ ਕਿਹਾ ਠੀਕ ਹੈ ਜੀ ਅਸੀਂ ਘਰੇ ਗਏ ਸਾਨੂੰ ਨਹੀਂ ਦੱਸਿਆ ਸਾਡੇ ਜਨਮ ਨੂੰ ਏਡਾ ਵੱਡਾ ਪ੍ਰਬੰਧ ਕੀਤਾ ਤੇ ਕੇਕ ਲਿਆ ਕੇ ਰੱਖਿਆ ਹੋਇਆ ਸੀ ਕਹਿੰਦੇ ਵੀਰ ਜੀ ਤੁਹਾਡਾ ਜਨਮ ਦਿਨ ਇੰਗਲੈਂਡ ਦੀ ਧਰਤੀ ਤੇ ਮਨਾਇਆ ਜਾਏ ਸੋ ਇੰਨਾ ਪਿਆਰ ਇੰਨੀ ਮੁਹੱਬਤ ਕਰਦੇ ਨੇ ਮੇਰੀ ਦਿਲੀ ਅਰਦਾਸ ਹੈ ਸੱਚੇ ਪਾਤਸ਼ਾਹ ਸਾਡਾ ਤੇ ਉਹਨਾਂ ਦਾ ਪਿਆਰ ਇਸੇ ਤਰ੍ਹਾਂ ਸਦੀਵੀ ਮਿਲ ਜਾਏ ਬਾਬਾ ਹੀਰਾ ਸਿੰਘ ਸਾਹਿਬ ਜੀ ਗੁਰੂ ਘਰ ਦੇ ਮੁੱਖ ਗ੍ਰੰਥੀ ਉਹਨਾਂ ਵੱਲੋਂ ਵੀ ਮਾਇਆ ਅਰਦਾਸ ਕਰਾਈ ਹੈ ਤੇ ਫਰਮਾਇਸ਼ ਉਹਨਾਂ ਨੇ ਵੀ ਉਹੀ ਕੀਤੀ ਹੈ ਜਿਹੜੀ ਫਰਮਾਇਸ਼ ਦਾ ਸਾਨੂੰ ਅੱਗੇ ਹੁਕਮ ਆਇਆ ਸੀ ਸੋ ਮੈਂ ਗਿਆਨੀ ਹੀਰਾ ਸਿੰਘ ਸਾਹਿਬ ਉਹਨਾਂ ਦਾ ਵੀ ਧੰਨਵਾਦੀ ਹਾਂ ਬੜੇ ਚੰਗੇ ਗ੍ਰੰਥੀ ਨੇ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਨੇ ਅਸੀਂ ਅੱਜ ਤੋਂ 22 ਸਾਲ ਪਹਿਲਾਂ ਨਿਊਜ਼ੀਲੈਂਡ ਦੀ ਧਰਤੀ ਤੇ ਇਕੱਠੇ ਹੋਏ ਸੀ ਮੈਂ ਉਸ ਦਾਸ ਪਿਤਾ ਕਮਿਸ਼ਨ ਦੇ ਬਾਬਾ ਬਹੁਤ ਗਿਆਨੀ ਜੋਗਾ ਸਿੰਘ ਜੋਗਿਹਾ ਨਾਲ ਸੀ ਉਦੋਂ ਬਾਬਾ ਹੀਰਾ ਸਿੰਘ ਸਾਹਿਬ ਜੀ ਉੱਥੇ ਮਿਲੇ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਪਿਆਰ ਮੁਹੱਬਤ ਬਣਿਆ ਆ ਰਿਹਾ ਸੱਚੇ ਪਾਤਸ਼ਾਹ ਨੂੰ ਸਰੀਵੀ ਨਿਵਾਰੇ ਆਹ ਅੱਜ ਦੇ ਦੌਰ ਦੀ ਆਖਰੀ ਕਵਿਤਾ ਹੈ ਫਰਮਾਇਸ਼ ਆਈ ਸੀ ਕਿ ਸ਼ਾਇਆ ਪੀਰ ਵਾਲੇ ਬਾਬੇ ਦਾ ਟ੍ਰੈਂਡ ਰਹਿ ਉਹ ਕਵਿਤਾ ਜ਼ਰੂਰ ਪੇਸ਼ ਕੀਤੀ ਜਾਵੇ ਇਹ ਕਵਿਤਾ ਮੇਰੇ ਬਹੁਤ ਹੀ ਪਿਆਰੇ ਵੀਰ ਜੱਗੀ ਰੜਕੇ ਉੜਕੇ ਵਾਲੇ ਸੰਧੂ ਨੇ ਲਿਖੀ ਹੋਈ ਹੈ ਤੇ ਜਿਹੜੇ ਬਿਆਨ ਕਰਨਗੇ ਇਹ ਵੀ ਤਿੰਨੇ ਸੰਧੂ ਭਰਾ ਗੁਰਮੇਲ ਸਿੰਘ ਵੀ ਸੰਧੂ ਹੈ ਤੇ ਪਿਛਲੀ ਜੋੜੀ ਸਕੇ ਭਰਾਵਾਂ ਦੀ
ਭਪਿੰਦਰ ਸਿੰਘ ਤੇ ਜਗਿੰਦਰ ਸਿੰਘ ਇਹ ਵੀ ਸੰਧੂ ਹੈ। ਸੰਧੂ ਵੀਰ ਦੀ ਲਿਖੀ ਹੋਈ ਕਵਿਤਾ ਤਿੰਨੇ ਸੰਧੂ ਭਰਾ ਤੁਹਾਡੇ ਸਾਹਮਣੇ ਪੇਸ਼ ਕਰੀ। ਕਵਿਤਾ ਉਸ ਵੇਲੇ ਦੀ ਹੈ ਕਿ ਜਿਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੱਖਣਾ ਵਾਲਿਆਂ ਦਾ ਪੂਰਾ ਸਿੱਕਾ ਚੱਲਦਾ ਸੀ ਇਸ ਪੰਜਾਬ ਦੀ ਧਰਤੀ ਤੇ ਕਿ ਬਾਹਰਲੇ ਦੇਸ਼ਾਂ ਤੱਕ ਵੀ, ਪਰ ਸਾਡੇ ਗਦਾਰ ਲੋਕਾਂ ਨੂੰ, ਗਦਾਰ ਲੀਡਰਾਂ ਨੂੰ ਚੰਗਾ ਨਹੀਂ ਲੱਗਾ। ਸਾਰੀਆਂ ਹੀ ਪਾਰਟੀਆਂ ਦੇ ਸਾਰੇ ਲੀਡਰ ਗਦਾਰ ਨੇ, ਇਹ ਨਹੀਂ ਕਿ ਕਿਸੇ ਇੱਕ ਪਾਰਟੀ ਦਾ ਦੋਸ਼ ਹੈ। ਚਿੱਠੀਆਂ ਮਿਲਦੀਆਂ ਨੇ ਅੱਜ ਵੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਕੇਂਦਰਾਂ ਦੇ ਪੀਏ ਆਰ ਕੇ ਧਵਨ ਨੂੰ ਚਿੱਠੀਆਂ ਲਿਖੀਆਂ ਸੀ ਕਿ ਸਾਨੂੰ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਤੋਂ ਬਹੁਤ ਜ਼ਿਆਦਾ ਖਤਰਾ ਹੈ, ਜਾਂ ਇਹਨੂੰ ਗ੍ਰਿਫਤਾਰ ਕਰੋ ਜਾਂ ਇਹਦੇ ਕੋਈ ਕੰਟਰੋਲ ਕਰੋ। ਜਿਵੇਂ ਉਹਨਾਂ ਗਦਾਰਾਂ ਨੇ ਚਿੱਠੀਆਂ ਲਿਖੀਆਂ ਸੀ, ਕੀ ਲਿਖਿਆ ਆਖਿਆ ਇੱਥੇ ਛੋਟੇ ਤੋਂ ਲੈ ਕੇ ਵੱਡੇ ਤੱਕ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਰ ਇੱਕ ਵੀਰ ਦੇ ਦਿਲ ਤੇ ਛਾਪ ਉਸ ਤੀਰ ਵਾਲੇ ਬਾਬੇ ਦੀ ਛਾਈ ਹੋਈ ਹੈ। ਇਸ ਕਰਕੇ ਤੀਰ ਵਾਲੇ ਬਾਬੇ ਦਾ ਟ੍ਰੈਂਡ ਜਿਹੜਾ ਉਹ ਪੂਰਾ ਛਾਇਆ ਹੋਇਆ ਸਾਰੇ ਭਾਰਤ ਵਿੱਚ। ਸੋ ਮੇਰੇ ਸਾਥੀ ਤੁਹਾਡੇ ਸਾਹਮਣੇ ਕਵਿਤਾ ਬਿਆਨ ਕਰ ਰਹੇ ਨੇ, ਕਵੀਸ਼ਰੀ ਕਲਾ ਦਾ ਲਹਿਰੀਆ ਸ਼ਬਦ ਦਾ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਜ। ਚਿੱਠੀ ਲਿਖੀ ਅੱਜ ਨਾ ਦਿਲ ਦੀ ਗੱਲ ਨੂੰ, ਰਾਜ ਤੇਰੇ ਹੱਥ ਦਾ ਨਾ ਬੀਬੀ ਕੱਲ ਨੂੰ, ਸਾਡੀ ਗੌਰ ਨਾਲ ਸੁਣੀ ਯਾਰ ਗੱਲ ਨੂੰ, ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ, ਸਾਡਾ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ।
ਇਤਿਹਾਸ ਸਾਂਝਾ ਕਰਾਂਗੇ। ਸੋ ਇਹਨਾਂ ਕੁਝ ਕਹਿੰਦੇ ਖੇਮਾ ਦੇ ਜਾਚਕਿਆਂ ਸਮੁੱਚੀ ਸਾਧ ਸੰਗਤ ਦਾ ਜੀ ਧੰਨਵਾਦੀ ਆ। ਆਪਣੇ ਪਿਆਰੇ ਵੀਰ ਜਗਜੀਤ ਸਿੰਘ